वाहिगुरु जी। गुरु नानक पग पंकज बंदन, पग पंकज बंदन। सिमरो अंगद दोख निकंदन, अमरदास हिरदय नित त्यावं, हृदय नित त्यावं। श्री गुरु रामदास गुण गावं, गुरु अर्जन विघ्नन के नाशक, विघ्नन के नाशक। हर गोविंद शुभ मत पर काशक, श्री हर राय नमो कर जोरी, नमो कर जोरी। श्री हर कृष्ण मनाए बहोरी, तेग बहादुर परम केर पाला, वाहिगुरु परम केर पाला। श्री गुरु गोबिंद सिंह बेसाला, तरों तरा पर पुन पुन सीसा, वाहिगुरु पुन पुन सीसा। बंदों बार बार जगदीसा, जिसमें अमृत ज्ञान है माणक भक्त वैराग, गुरु ग्रंथ साहिब उदद बंदों करियनु रा।
ਜੋ ਮੇਰੇ ਸਤਿਗੁਰੂ ਪਾਤਸ਼ਾਹ ਨੇ ਹੁਕਮ ਕਰਕੇ ਨਗਰੀ ਵਸਾਈ ਸੀ। ਸੋ ਗੁਰ ਕੇ ਅਨੁਸਾਰ ਰਹਾਇਓ, ਤੇ ਉਹ ਜਿਹੜਾ ਗੋਂਦਾ ਸੀ ਆਪ ਤਾਂ ਗੁਰੂ ਪਾਤਸ਼ਾਹ ਦੇ ਅਨੁਸਾਰ ਰਿਹਾ ਸਾਰੀ ਉਮਰ ਹੀ। ਆਰ ਬਲਾ ਤਿਸ ਪੂਰੀ ਭਈ, ਉਹ ਜਦੋਂ ਉਸ ਦੀ ਉਮਰ ਪੂਰੀ ਹੋ ਗਈ ਤਾਂ ਪ੍ਰਾਣ ਅੰਤ ਕਾਇਆ ਤਜ ਦਈ, ਤੋ ਜਦੋਂ ਪ੍ਰਾਣਾ ਦਾ ਅੰਤ ਹੋਇਆ ਸਰੀਰ ਤਿਆਗ ਦਿੱਤਾ ਗੋਂਦੇ ਖੱਤਰੀ ਨੇ, ਤਿਸ ਕੀ ਸੰਤਤ ਪਾਛੇ ਰਹੀ, ਉਸ ਦੀ ਜੋ ਮਗਰੋਂ ਔਲਾਦ ਰਹੀ। ਦੱਸਿਆ ਜਾਂਦਾ ਹੈ ਕਿ ਇਸ ਦੀ ਆਪਣੀ ਤੇ ਔਲਾਦ ਨਹੀਂ ਸੀ, ਤੋ ਇਸ ਦਾ ਭਤੀਜਾ ਸੀ, ਉਹਨੂੰ ਪੁੱਤਰ ਕਰਕੇ ਪਾਲਿਆ ਸੀ ਇਸਨੇ। ਤਿੰਨ ਮਤ ਗੁਰ ਅਨੁਸਾਰ ਨੀ ਰਹੀ ਨਹੀਂ, ਤੋ ਉਸ ਦੀ ਗੁਰੂ ਅਨੁਸਾਰ ਮਤ ਨਹੀਂ ਰਹੀ ਹੈ, ਤੋ ਇਸ ਪ੍ਰਕਾਰ ਉਸ ਦੀ ਮਤ ਵਿਗੜ ਗਈ। ਚੌਧਰਤਾ ਹਮਰੇ ਇਮ ਜਾਨੇ, ਤੇ ਉਹ ਜਾਣਦਾ ਵੀ ਚੌਧਰੀ ਅਸੀਂ ਹਾਂ ਇਸ ਨਗਰੀ ਦੇ, ਸਾਡੀ ਨਗਰੀ ਹੈ, ਸਾਡੀ ਜ਼ਮੀਨ ਸੀ ਵੱਡਿਆਂ ਦੀ, ਅਸੀਂ ਨਗਰੀ ਵਸਾਈ, ਚੌਧਰੀ ਅਸੀਂ ਹਾਂ ਇੱਥੋਂ ਦੇ। ਇਸ ਪੁਰ ਕੇ ਨਰ ਵਿਖੇ ਮਹਾਨੇ, ਤੋ ਇਸ ਸਾਰੀ ਨਗਰੀ ਦੇ ਲੋਕਾਂ ਦੇ ਵਿੱਚ ਇਹ ਮਹਾਨ ਬਣਿਆ ਹੋਇਆ ਸੀ। ਸਗਰੋ ਨਗਰ ਹਮਾਰੋ ਹੈ, ਮਨ ਚ ਸੋਚਦਾ ਹੈ ਵੀ ਸਾਰੀ ਨਗਰੀ ਸਾਡੀ ਹੈ। ਅਰਪੇ ਭੇਟ ਇਹਾਂ ਜੋ ਰਹੇ, ਤੇ ਜਿਹੜਾ ਵੀ ਗੋਇੰਦਵਾਲ ਸਾਹਿਬ ਵਿੱਚ ਰਹਿੰਦਾ ਨਾ, ਉਹ ਸਾਨੂੰ ਭੇਟਾ ਚੜਾਵੇ, ਸਾਡਾ ਪਿੰਡ ਹੈ, ਇਉਂ ਜਾਣਦਾ ਇਹ। ਸ੍ਰੀ ਗੁਰ ਕੋ ਘਰ ਇਹ ਵਿਸਾਲਾ, ਇਹ ਗੁਰੂ ਮਹਾਰਾਜ ਦਾ ਘਰ ਭਾਈ ਮਹਾਨ ਹੈ ਇਸ ਵੇਲੇ। ਦੇਤ ਨਹੀਂ ਸੋ ਕੁਛ ਕਿਸ ਕਾਲਾ, ਕਿਸੇ ਸਮੇਂ ਕਦੇ ਵੀ ਇਹਨਾਂ ਸਾਨੂੰ ਕੁਛ ਵੀ ਨਹੀਂ ਦਿੱਤਾ। ਚੌਧਰੀ ਸਰਦਾਰੀ ਸਾਡੀ ਹੈ, ਬਾਕੀ ਸਾਰਿਆਂ ਤੋਂ ਅਸੀਂ ਸੋ ਜਿੱਦਾਂ ਕਰ ਟੈਕਸ ਲਈਦਾ, ਇਉਂ ਕਹਿੰਦੇ ਮੈਂ ਲੈਂਦਾ ਹੈ, ਅਤੇ ਗੁਰੂ ਘਰ ਵਿੱਚੋਂ ਕੁਛ ਵੀ ਨਹੀਂ ਮਿਲਿਆ ਕਦੇ। ਆਵਤ ਇਨਕੇ ਦਰਸ ਵਡੇਰੇ, ਇਸ ਪ੍ਰਕਾਰ ਸੋ ਬਹੁਤ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ ਨੇ। ਚੱਲੇ ਦੇਗ ਨਰ ਅਚਹੇ ਕਨੇਰੇ, ਐਡਾ ਭਾਰੀ ਲੰਗਰ ਚੱਲਦਾ, ਇੰਨੀ ਦੁਨੀਆਂ ਲੰਗਰ ਗੁਰੂ ਦਾ ਛਕਦੀ ਹੈ। ਉਚਿਤ ਅਬੇ ਇਨ ਤੇ ਧਨ ਲੀਜੇ ਹੈ, ਹੁਣ ਯੋਗ ਹੈ ਵੀ ਇਹਨਾਂ ਕੋਲੋਂ ਵੀ ਅਸੀਂ ਆਪਣਾ ਧਨ ਜਿਹੜਾ ਲਈਏ ਅਸੀਂ। ਹੱਕ ਚੌਧਰਤਾ ਕੋ ਕਹਿ ਦੀਜੇ ਹੈ, ਇਸ ਪ੍ਰਕਾਰ ਮਹਾਰਾਜ ਨੂੰ ਕਹੀਏ ਵੀ ਅਸੀਂ ਚੌਧਰੀ ਹਾਂ, ਸਾਡਾ ਹੱਕ ਬਣਦਾ ਹਿੱਸਾ ਦਿਓ ਸਾਨੂੰ ਆਪਣੀ ਪੂਜਾ ਵਿੱਚੋਂ। ਪ੍ਰਥਮ ਆਮਦਨ ਧਨ ਕੀ ਥੋਰੀ, ਤੋ ਪਹਿਲਾਂ ਤਾਂ ਧਨ ਮਾਇਆ ਦੀ ਥੋੜੀ ਆਮਦਨ ਹੋਇਆ ਕਰਦੀ ਸੀ ਮਹਾਰਾਜ ਦੇ ਦਰਬਾਰ ਚ, ਅਬ ਚਹੋ ਦਿਸਤੇ ਆਏ ਅਕੋਰੀ, ਹੁਣ ਚਾਰ ਚੁਫੇਰੇ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਆਉਂਦੀਆਂ ਹਨ। ਮਤ ਮਲੀਨ ਮਿਥਿਆ ਸਭ ਮਾਨੀ, ਇਸ ਪ੍ਰਕਾਰ ਇਸ ਨੇ ਮੈਲੀ ਮਤ ਸੀ ਇਸ ਦੀ, ਤੇ ਇਸ ਤਰੀਕੇ ਨਾਲ ਇਸ ਨੇ ਮਨ ਵਿੱਚ ਗੁਮਾਨੀ ਹੰਕਾਰੀ ਬਣ ਕੇ ਸੋਚਿਆ ਹੈ। ਨਿਕਟ ਗੁਰੂ ਨਹਿ ਮਹਿਮਾ ਜਾਨੀ, ਗੁਰੂ ਸਾਹਿਬ ਦੇ ਕੋਲ ਰਹਿੰਦਿਆਂ ਹੀ ਗੁਰੂ ਦੀ ਮਹਿਮਾ ਨਹੀਂ ਜਾਣ ਸਕਿਆ ਇਹ। ਤੀਰਥ ਵਾਸੀ ਜਿਮ ਨਰ ਹੋਵੇ ਹੈ, ਤੇ ਕਵੀ ਜੀ ਪ੍ਰਮਾਣ ਦਿੰਦੇ ਨੇ ਜਿਵੇਂ ਕੋਈ ਲੋਕ ਤੀਰਥ ਤੇ ਰਹਿੰਦੇ ਹੋਣ ਤਾਂ। ਨਹੀਂ ਮਹਾਤਮ ਤਿੰਨ ਕੋ ਜੋਵ ਹੈ, ਤੇ ਉਹ ਕਦੇ ਵੀ ਉਸ ਤੀਰਥ ਦਾ ਮਹਾਤਮ ਜਿਹੜਾ ਨਾ ਉਹ ਜਾਣਦੇ ਨਹੀਂ ਉਸ ਦੀ ਮਹਾਨਤਾ ਨੂੰ। ਨਹਿ ਸ਼ਰਧਾ ਸੋ ਦੇਹ ਸਨਾਨ ਹੈ, ਤੇ ਨਾ ਸਰੀਰ ਦਾ ਸ਼ਰਧਾ ਨਾਲ ਇਸ਼ਨਾਨ ਵੀ ਨਹੀਂ ਕਰਦੇ ਲੋਕ। ਉਹ ਕਈ ਵਾਰ ਦੇਖਿਆ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਤੱਕਿਆ ਇੱਕ ਬੰਦਾ ਸੀ ਮਿਲਿਆ, ਕਹਿੰਦਾ ਮੈਂ ਤਾਂ ਕਦੇ ਹਰਿਮੰਦਰ ਸਾਹਿਬ ਗਿਆ ਹੀ ਨਹੀਂ। ਤੋ ਇਹੋ ਜਿਹੇ ਲੋਕ ਹੁੰਦੇ ਨੇ ਜੋ ਤੀਰਥ ਦੀ ਮਹਿਮਾ ਨਹੀਂ ਜਾਣਦੇ, ਨਾ ਇਸ਼ਨਾਨ ਕਰਨਾ ਨਾ ਦਰਸ਼ਨ ਕਰਨੇ ਜਾ ਕੇ। ਨਿਸ ਦਿਨ ਮੂਡ ਅਵਗਿਆ ਠਾਨ ਹੈ, ਮੂਰਖ ਕਹਿੰਦੇ ਦਿਨੇ ਰਾਤ ਹੀ ਨਰਾਦਰੀ ਕਰਦਾ ਗੁਰੂ ਘਰ ਦੀ। ਇਹ ਜਿਹੜਾ ਗੋਂਦੇ ਦਾ ਇਸ ਪ੍ਰਕਾਰ ਭਤੀਜਾ ਸੀ। ਜਾਹੇ ਦੂਰ ਤੇ ਸਾਦਰ ਮੱਜ ਹੈ, ਇਸ ਪ੍ਰਕਾਰ ਜਿਹੜੇ ਦੂਰੋਂ ਲੋਕ ਜਾਂਦੇ ਹੈ ਉਹ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ, ਦਾਨ ਪੁੰਨ ਕਰਦੇ ਨੇ, ਸ਼ਰਧਾ ਕਰਦੇ ਹਨ। ਸ਼ੁਭ ਫਲ ਪ੍ਰਾਪਤ ਕਾਲ ਮਲ ਭੱਜੇ ਹੈ, ਉਹਨਾਂ ਦੇ ਪਾਪ ਨਿਵਰਤ ਹੋ ਜਾਂਦੇ ਆ, ਸੋਹਣੀ ਮਤ ਵਾਲੇ ਹੁੰਦੇ ਨੇ ਉਹ। ਤਿਮ ਇਹ ਮੂਰਖ ਹਿਰਦੇ ਮਲੀਨੇ, ਇਹ ਮੂਰਖ ਮਲੀਨ ਹਨ, ਜਿਵੇਂ ਤੀਰਥ ਤੇ ਬਸ ਕਰਕੇ ਕੋਈ ਸੋ ਮਹਿਮਾ ਨਹੀਂ ਜਾਣਦਾ, ਗੁਰੂ ਦੇ ਕੋਲ ਰਹਿੰਦਿਆਂ ਹੀ ਇਸ ਪ੍ਰਕਾਰ ਗੁਰੂ ਦੀ ਮਹਿਮਾ ਨਹੀਂ ਜਾਣਦੇ ਹਨ ਇਹ। ਗੁਰੂ ਮਹਾਤਮ ਨਹਿ ਮਨ ਚੀਨੇ, ਤੇ ਗੁਰੂ ਦੇ ਮਹਾਤਮ ਨੂੰ ਮਹਾਨਤਾ ਨੂੰ ਜਾਣਦੇ ਨਹੀਂ ਮਨ ਵਿੱਚ। ਲੱਗੇ ਅਵਗਿਆ ਕਰਨ ਘੁਟਾਲੀ, ਖੋਟੇ ਤਰੀਕੇ ਨਾਲ ਗੁਰੂ ਪਾਤਸ਼ਾਹ ਨਿਰਾਦਰੀ ਕਰਨ ਲੱਗੇ ਇਹ। ਹੰਕਾਰੀ ਦੁਰਮਤੀ ਕੁਚਾਲੀ, ਹੰਕਾਰੀ ਸੀ, ਖੋਟੀ ਚਾਲ ਵਾਲਾ ਸੀ, ਖੋਟੀ ਮਤ ਵਾਲਾ ਸੀ ਇਹ। ਸਤਿਗੁਰ ਨਿਕਟ ਜਾਏ ਕਰ ਬੈਸੇ, ਇਹ ਜਾ ਕੇ ਇਕੱਠੇ ਹੋ ਕਰਕੇ ਹੁੰਦਾ ਹੀ ਹੈ, ਕੋਈ ਨਾ ਕੋਈ ਇਸ ਪ੍ਰਕਾਰ ਖੁਸ਼ਾਮਦੀ ਲੋਕ ਨਾਲ ਹੁੰਦੇ ਨੇ, ਲਿਜਾ ਕਰਕੇ ਸਤਿਗੁਰੂ ਪਾਤਸ਼ਾਹ ਦੇ ਕੋਲ ਬੈਠ ਗਏ ਇਹ। ਧਰੇ ਲੋਭ ਬੋਲੇ ਤਬ ਐਸੇ, ਲਾਲਚ ਮਨ ਚ ਧਾਰ ਕਰਕੇ ਤੇ ਇਸਤਰੀ ਨਾਲ ਬੋਲੇ, ਗੁਰੂ ਸਾਹਿਬ ਨੂੰ ਕਹਿੰਦੇ ਹਨ ਹਮਰੇ ਨਗਰ ਵਾਸ ਜੇ ਕੀਜੈ, ਜੇ ਤੁਸੀਂ ਸਾਡੀ ਨਗਰੀ ਵਿੱਚ ਵਸਦੇ ਹੋ ਤਾਂ ਉਸ ਸਰਦਾਰੀ ਕੋ ਹਮ ਦੀਜੈ, ਤੇ ਸਾਡੀ ਸਰਦਾਰੀ ਦਾ ਕੁਛ ਸਾਨੂੰ ਦਿਓ, ਸਾਨੂੰ ਮਹਾਰਾਜ ਹਿੱਸਾ ਪੱਤੀ ਚਾਹੀਦਾ ਤੁਹਾਡੇ ਚੜਾਵੇ ਦਾ। ਅਪਰ ਸਰਬ ਹੀ ਮਨ ਹਾਨ, ਬਾਕੀ ਸਾਰੀ ਨਗਰੀ ਦੇ ਲੋਕ ਸਾਡੀ ਈਨ ਮੰਨਦੇ ਆ। ਜਥਾ ਯੋਗ ਦੇਵ ਹੈ ਘਰ ਆਨ, ਤੇ ਜਿਵੇਂ ਯੋਗ ਹੁੰਦਾ ਘਰ ਵਿੱਚ ਆ ਕੇ ਸਾਨੂੰ ਪੂਜਾ ਚੜਾਉਂਦੇ ਸਾਡੀ। ਬਹੁ ਸਮਤ ਬੀਤੇ ਤੁਮ ਰਹੋ, ਇਸ ਪ੍ਰਕਾਰ
ਬਹੁਤ ਸਾਲ ਗੁਜ਼ਰ ਗਏ ਤੁਹਾਨੂੰ ਇੱਥੇ ਰਹਿੰਦਿਆਂ ਹੋਇਆਂ। ਅਨਕੋ ਪਾਇਨ ਜਗ ਤੇ ਲਹੋ, ਸੰਸਾਰ ਤੋਂ ਇੰਨੀਆਂ ਭਾਰੀ ਭੇਟਾਂ ਤੇ ਪੂਜਾ ਲੈਂਦੇ ਹੋ ਤੁਸੀਂ। ਪੂਰਬ ਅਲਪ ਹੁਤੀ ਗੁਜਾਰਨ, ਗੁਜਰਾਨ ਕਹਿੰਦੇ ਪਹਿਲਾਂ ਬਹੁਤ ਥੋੜੀ ਜਿਹੀ ਗੁਜਰਾਨ ਹੁੰਦੀ ਸੀ ਗੁਰੂ ਘਰ ਦੇ। ਅਬ ਮਾਨਹਿ ਬਹੁ ਆਨ ਜਹਾਨ, ਹੁਣ ਤਾਂ ਮਹਾਰਾਜ ਤੁਹਾਡੀ ਈਨ ਨੂੰ ਬਹੁਤ ਜਹਾਨ ਦੁਨੀਆਂ ਮੰਨਦੀ ਹੈ। ਮਤ ਮੰਦਨ ਤੇ ਸੁਣ ਗਤ ਦਾਨੀ, ਮੇਰੇ ਸਤਿਗੁਰੂ ਜੀ ਮੁਕਤੀ ਦਾਤਾ ਸਤਿਗੁਰਾਂ ਨੇ ਮੰਦੀ ਮਤ ਵਾਲਿਆਂ ਦੀ ਗੱਲ ਸੁਣ ਲਈ। ਵੱਡੇ ਹੌਸਲੇ ਵਾਲੇ ਸਤਿਗੁਰੂ ਜੀ ਇਹਨਾਂ ਦੀ ਗੱਲ ਸੁਣ ਕਰਕੇ ਸਹਿਜ ਸੁਭਾਅ ਇੱਕ ਬੋਲੇ ਬਾਣੀ, ਸੁਤੇ ਸੁਭਾਅ ਮੇਰੇ ਸਤਿਗੁਰਾਂ ਨੇ ਬਚਨ ਕੀਤਾ ਇਹਨਾਂ ਦੇ ਤਾਂ ਹੀ। ਲੰਗਰ ਵਿਖੇ ਗਮਨ ਕਰ ਜਾਵ ਹੋ, ਮਹਾਰਾਜ ਕਹਿਣ ਲੱਗੇ ਵੀ ਲੰਗਰ ਵਿੱਚ ਜਾਓ। ਜਿੱਤੋ ਅੰਨ ਚਾਹੋ ਤਹ ਖਾਵ ਹੋ, ਜਿੰਨਾ ਤੁਹਾਨੂੰ ਚੰਗਾ ਜਿੰਨਾ ਚਾਹੁੰਦੇ ਹੋ ਭੋਜਨ ਛਕੋ ਪ੍ਰੇਮ ਦੇ ਸਹਿਤ। ਦੇਸ ਵਿਦੇਸੀ ਸੰਗਤ ਸਾਰੀ, ਜੋ ਦੇਸਾਂ ਵਿਦੇਸਾਂ ਦੀ ਸੰਗਤ ਆਉਂਦੀ ਸਾਰੀ। ਚੱਲ ਹੈ ਦੇਗ ਤਹ ਅਚ ਹੈ ਆਹਾਰੀ, ਲੰਗਰ ਗੁਰੂ ਦਾ ਚੱਲਦਾ ਗੁਰੂ ਨਾਨਕ ਦਾ, ਸਭ ਲੋਕ ਭੋਜਨ ਛਕਦੇ ਹਨ ਪੰਗਤ ਚ ਬੈਠ ਕੇ। ਹਟ ਕਰਨਾ ਕਿਸ ਕੀ ਤੇ ਸਥਾਨ, ਇਸ ਪ੍ਰਕਾਰ ਤੋ ਕਹਿੰਦੇ ਨੇ ਉਸ ਸਥਾਨ ਦੇ ਉੱਤੇ ਕਿਸੇ ਦਾ ਇਸ ਪ੍ਰਕਾਰ ਕੋਈ ਸੋ ਕਿਸੇ ਨੂੰ ਹਟਕਦਾ ਨਹੀਂ ਰੋਕਦਾ ਨਹੀਂ ਹੈ। ਸ਼ੁੱਧਤ ਕਰਤ ਸਭ ਭੋਜਨ ਖਾਨ, ਤੋ ਜਿੰਨੇ ਵੀ ਕੋਈ ਵੀ ਭੁੱਖਾ ਆ ਜਾਏ ਉਹ ਗੁਰੂ ਦਾ ਲੰਗਰ ਛਕਦਾ ਹੈ। ਸੋ ਜਨ ਹੋ ਸਰਬੰਸ ਸਰਬੰਸ ਹਮਾਰਾ, ਮਹਾਰਾਜ ਕਹਿੰਦੇ ਸਾਡਾ ਸਰਬੰਸ ਤੇ ਲੰਗਰ ਹੀ ਆ ਗੁਰੂ ਦਾ, ਕਿਉਂਕਿ ਧੰਨ ਸਾਹਿਬ ਅਮਰਦਾਸ ਸਤਿਗੁਰੂ ਜੀ ਸੋ ਪੈਸਾ ਟਕਾ ਭੇਟਾ ਨਹੀਂ ਸੀ ਲੈਂਦੇ, ਸਿਰਫ ਅੰਨ ਹੀ ਸੋ ਲੰਗਰ ਵਾਸਤੇ ਗ੍ਰਹਿਣ ਕਰਦੇ। ਤੋ ਰਸਤਾਂ ਦੇ ਭਰੇ ਹੋਏ ਗੱਡੇ ਲੰਗਰ ਦੇ ਦਰਵਾਜ਼ੇ ਮੂਹਰੇ ਸ਼ਰਧਾਲੂਆਂ ਦੇ ਖੜ੍ਹੇ ਹੁੰਦੇ। ਗੁਰੂ ਸਾਹਿਬ ਜੀ ਜਿੰਨਾ ਲੰਗਰ ਰੋਜ਼ ਲੱਗਣਾ ਸਵੇਰ ਨੂੰ ਉਤਨਾ ਹੀ ਰਾਸ਼ਨ ਪਾਣੀ ਰਸਦਾਂ ਲੈਂਦੇ ਅਤੇ ਸ਼ਾਮ ਤੱਕ ਸਾਰਾ ਕੁਛ ਵਰਤਾ ਦਿੰਦੇ। ਮਹਾਰਾਜ ਕਹਿੰਦੇ ਵੀ ਸਾਡਾ ਸਰਬੰਸ ਇਹੋ ਹੀ ਹੈ, ਗੁਰੂ ਦਾ ਲੰਗਰ ਹੈ, ਤੁਸੀਂ ਵੀ ਛਕ ਲਓ ਭਾਈ। ਇਹ ਗਰੀਬਨ ਕੇਰ ਗੁਜ਼ਾਰਾ, ਇਹ ਤਾਂ ਭਾਈ ਸਾਡਾ ਤੇ ਗਰੀਬੀ ਵਾਲਾ ਗੁਜ਼ਾਰਾ ਹੈ। ਪਿਤਾ ਤਿਹਾਰੇ ਕਛੂ ਨਾ ਚਾਹਾ, ਦੇਖੋ ਤੁਹਾਡੇ ਪਿਤਾ ਬਜ਼ੁਰਗ ਗੋਂਦੇ ਨੇ ਤਾਂ ਕਦੇ ਵੀ ਕੋਈ ਇੱਛਾ ਨਹੀਂ ਕੀਤੀ ਸੀ। ਧਰੇ ਲੋਭ ਆਏ ਹਮ ਪਾਹਾ, ਤੁਸੀਂ ਹੁਣ ਲਾਲਚ ਧਾਰ ਕਰਕੇ ਸਾਡੇ ਕੋਲ ਆ ਗਏ ਹੋ। ਧਨ ਕੋ ਸੰਚਨ ਹਮਰੇ ਨਾਹਿਨ, ਅਸੀਂ ਕਦੇ ਧਨ ਇਕੱਠਾ ਕੀਤਾ ਹੀ ਨਹੀਂ ਹੈ। ਅੰਨ ਆਦਿ ਵਸਤੂ ਘਰ ਮਾਹੇ ਨਾ, ਇਸ ਪ੍ਰਕਾਰ ਅਸੀਂ ਆਪਣੇ ਘਰ ਵਿੱਚ ਵੱਖਰੀ ਕੋਈ ਅੰਨ ਆਦਿ ਵਸਤੂ ਰੱਖੀ ਹੀ ਨਹੀਂ ਹੈ। ਜੋ ਤੁਮ ਕੋ ਹਮ ਦੇਹ ਨਿਕਾਸ, ਜਿਹੜਾ ਕੱਢ ਕੇ ਤੁਹਾਨੂੰ ਦੇ ਦਈਏ ਭਾਈ। ਸੋ ਨਹਿ ਰੱਖੇ ਕਛੂ ਆਵਾਸ, ਅਸੀਂ ਘਰ ਵਿੱਚ ਵੱਖਰਾ ਕੁਝ ਰੱਖਦੇ ਨਹੀਂ ਹਾਂ। ਸੁਣ ਗੋਂਦੇ ਸੁਤ ਬਾਕ ਬਖਾਨੇ ਹੋ, ਇਸ ਪ੍ਰਕਾਰ ਇਹ ਗੋਂਦੇ ਦੇ ਪੁੱਤਰ ਨੇ ਇਸੇ ਕਹਿੰਦਾ ਹਾਲ ਮਤਵੰਨਾ ਅਸੀਂ ਕਹਿਣ ਲੱਗਾ। ਹਮ ਤੋ ਲੈਣ ਦਰਬ ਕੋ ਠਾਨੇ ਹੋ, ਅਸੀਂ ਤੇ ਮਹਾਰਾਜ ਅਸੀਂ ਧਨ ਦਾ ਹੀ ਟੈਕਸ ਲਵਾਂਗੇ ਤੁਹਾਡੇ ਕੋਲੋਂ। ਅਪਰ ਵਸਤੂ ਹਮ ਲੇਤ ਨਾ ਕੋਈ, ਹੋਰ ਅਸੀਂ ਕੋਈ ਵੀ ਚੀਜ਼ ਨਹੀਂ, ਸਾਨੂੰ ਪੈਸਾ ਹੀ ਚਾਹੀਦਾ ਹੈ। ਧਨ ਦੀਜੇ ਕਰ ਧਾਰੇ ਸੋਈ, ਅਸੀਂ ਤਾਂ ਕਰ ਧਾਰਨ ਕਰਾਂਗੇ ਤੁਹਾਡੇ ਉੱਤੇ ਤੇ ਪੈਸੇ ਹੀ ਲਵਾਂਗੇ ਅਸੀਂ। ਸਦਨ ਆਪਣੇ ਅਚਹੇ ਆਹਾਰ, ਭੋਜਨ ਤਾਂ ਅਸੀਂ ਆਪਣੇ ਘਰ ਹੀ ਛਕਾਂਗੇ। ਅੰਨ ਖਰੀਦੇ ਮੋਲ ਬਾਜ਼ਾਰ, ਬਾਜ਼ਾਰ ਚੋਂ ਮੁੱਲ ਅੰਨ ਖਰੀਦ ਲਵਾਂਗੇ। ਤੁਮਰੇ ਨਿਕਟ ਕਮੀ ਨਹਿ ਕੋ, ਤੁਹਾਡੇ ਕੋਲ ਮਹਾਰਾਜ ਕਿਸੇ ਗੱਲ ਦੀ ਕਮੀ ਨਹੀਂ ਹੈ। ਸੰਗਤ ਰਹੇ ਭੀੜ ਕਰ ਸੋ, ਸੰਗਤਾਂ ਭੀੜ ਕਰਕੇ ਤੁਹਾਡੇ ਆਪਣੇ ਦਰ ਤੇ ਜੁੜੀਆਂ ਰਹਿੰਦੀਆਂ ਹਨ। ਨਿਤ ਪ੍ਰਤ ਅੰਨ ਹੈ ਦਰਬ ਉਦਾਰ, ਸੰਗਤਾਂ ਬਥੇਰਾ ਧਨ ਲਿਆਉਂਦੀਆਂ ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ। ਦੂਰ ਦੂਰ ਕੇ ਨਰ ਬਹੁ ਬਾਰਾ, ਬਹੁਤ ਬਾਰੀ ਦੂਰੋਂ ਦੂਰੋਂ ਲੋਕ ਆਉਂਦੇ ਹਨ, ਬਹੁਤ ਭੇਟਾ ਲਿਆਉਂਦੇ ਹਨ ਤੁਹਾਡੇ ਵਾਸਤੇ। ਸ਼ਰਧਾ ਧਰਹਿ ਨਿਵਾਵਹਿ ਸੀਸ, ਸ਼ਰਧਾ ਧਾਰਨ ਕਰਕੇ ਸੀਸ ਨਵਾਉਂਦੇ ਪਰ ਤੁਹਾਨੂੰ ਅਕਲ ਨਹੀਂ ਆਈ ਵੀ ਅਸੀਂ ਵੀ ਸੀਸ ਨਵਾ ਲਈਏ। ਕੇਤਕ ਆਵਤ ਨਿਕਟ ਮਹੀਸ, ਕਈ ਕਈ ਮਹਾਰ ਰਾਜੇ ਮਹਾਰਾਜੇ ਵੀ ਆਣ ਕੇ ਝੁਕਦੇ ਹੈ ਤੇ ਤੁਸੀਂ ਰਾਜੇ ਨੇ ਵੱਡੇ ਹੋ ਗਏ, ਏਡੇ ਹੰਕਾਰੀ ਹੋ। ਆਏ ਉਪਾਇਨ ਅਨੇਕ ਪ੍ਰਕਾਰ, ਅਨੇਕ ਪ੍ਰਕਾਰ ਦੀਆਂ ਭੇਟਾਂ ਮਹਾਰਾਜ ਆਪਦੇ ਚਰਨਾਂ ਚ ਆਉਂਦੀਆਂ ਨੇ। ਤਿੰਨ ਮਹਿ ਤੇ ਦੇਹੋ ਹੱਕ ਹਮਾਰਾ, ਕਹਿੰਦੇ ਸਾਡਾ ਹੱਕ ਬਣਦਾ ਹੈ, ਸਰਦਾਰੀ ਸਾਡੀ ਹੈ, ਨਗਰ ਸਾਡਾ ਹੈ। ਤੇ ਜਦੋਂ ਭਾਈ ਥੇ ਪਿਆ ਸੀ ਤੇ ਭੂਤ ਨੱਚਦੇ, ਉਦੋਂ ਤਾਂ ਹੱਕ ਨਹੀਂ ਸੀ ਤੁਹਾਡਾ, ਉਦੋਂ ਤਾਂ ਪਿਓ ਨੇ ਜਾ ਕੇ ਨੱਕ ਨਾਲ ਲਕੀਰਾਂ ਕੱਢੀਆਂ ਵੀ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਸਾਡੇ ਤੇ, ਤੇ ਹੁਣ ਕਹਿੰਦੇ ਤੂੰ ਆਕੜ ਦਿਖਾਉਣ। ਤੋ ਇਸ ਪ੍ਰਕਾਰ ਮੇਰੇ ਸਤਿਗੁਰੂ ਪਾਤਸ਼ਾਹ ਨੂੰ ਇਸ ਤਰ੍ਹਾਂ ਕਹਿੰਦੇ ਆ। ਸੁਣ ਸ੍ਰੀ ਅਮਰ ਕਹਿਓ ਤਿੰਨ ਫੇਰ, ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫੇਰ ਇਹਨਾਂ ਦੇ ਤਾਂ ਹੀ ਹੁਕਮ ਕੀਤਾ। ਧੰਨ ਕੋ ਲੋਭ ਕਰਤ ਹੋ ਢੇਰ, ਤੁਸੀਂ ਵੱਡਾ ਹੀ ਭਾਰੀ ਧੰਨ ਦਾ ਲਾਲਚ ਕਰਦੇ, ਲਾਲਚੀ ਲੋਭੀ ਹੋ ਤੁਸੀਂ। ਗੁਰ ਕੇ ਸਦਨ ਮਿਲੇਗੀ ਦੇਗ, ਭਾਈ ਗੁਰੂ ਘਰ ਵਿੱਚ ਤਾਂ ਲੰਗਰ ਹੀ ਮਿਲੂਗਾ ਇੱਥੇ। ਅਵਰ ਲੋਭ ਤਿਆਗ ਹੋ ਤੁਮ ਬੇਗ, ਭਾਈ ਇੰਜ ਕਰੋ ਝੱਟ ਪੜ ਮਨ ਦਾ ਲੋਭ ਲਾਲਚ ਛੱਡ ਦਿਓ, ਇੱਥੋਂ ਤਾਂ ਲੰਗਰ ਹੀ ਮਿਲੇਗਾ।
जिन्ने मर्जी जाओ ते छक लाओ काहे तृष्णा अधिक करत हो ते कादे वास्ते इन्नी तृष्णा धन दी तुसी करदे हो हम सो धन के हेत अरत हो इस प्रकार ते धन लैण वे साडे नाल अड़ियां करदे हो इत्थे ते लंगर ही मिलूगा धन गुरु अमरदास महाराज नरम दिल ने पर जिथे असूल की गल है गुरु घर का सत्कार है उत्थे महाराज डट भी गए हैं डट के इन्हों ताड़िया है ऐसे बहुत भई तत्कार क्यों इन्होंने बड़ा झगड़ा किया गुरु साहब के नाल बहुत तकरार होया ओड़क दुष्ट करत रिपेरार ओड़क अखीर नूं इन्हां ने जिस वेले इं झगड़ा किया कहत भय हम दिल्ली जाव हैं कह लगे असीं ते दिल्ली जा करके हुकूमत कोल पुकार करांगे तुहाडे खिलाफ कर फरियाद तुम ते धन पाव हैं असीं उत्थे फरियाद करांगे फिर तुहाडे कोल धन लवांगे असीं सतगुर कहिओ खुशी सो करो महाराज कहिंदे तुहाडी खुशी है जो करना कर लो भाई सानूं डर नहीं किसे दा हम ते धन की आस ना धरो पर एक गल है साडे कोल धन की आस ना रखियो भी तुहानूं धन मिल जू गुरु नानक दे घरों गए सदन उठ मता पकायो तो यूं इन्होंने मता पका करके गुरु को उठ के चले गए घर दिल्ली जाए कलंक सो पायो तो दिल्ली जा करके ना कलंक खटिया जा करके बादशाह अकबर के दरबार में इन्होंने पुकार की गुरु घर के खिलाफ चब चब गत्ते आगे फरियाद ये चबगत्ते गोसी ना उदे अगे जाके फरियाद की मूर्ख करत भय बहुबाद तो ये मूर्ख बहुत बाद व्यर्थ झगड़ा किया इन्होंने एक पठान गुरु का दास इन्होंने बेच एक पठान सी वह गुरु घर का सिख सी सेवक सभा मद चबगत्ते पास तो इस चबगत्ते दे कोल अकबर बादशाह दे कोल ए सभा में सी सर्ब भेद प्रगटावत भयो उसने सारा ही गुरु घर का भेद दसदा भी मेरे सतगुरु पातशाह का घर जड़ा है इस तरह का सो दीन दयाल बिरद रखदा है सब दा भला करदे हन सतगुरु जी दुष्टन को झूठा तिन कहो उत्थे कहिंदे इन्हां दुष्टां नूं झूठा कर दित्ता भी इह बिलकुल झूठी पुकार करदे गुरु घर ते लगी होण तिन पर बहुमार जिसले देखिया भी इह लोक गुरु महाराज दे ते अकबर बादशाह ते गुरु दे लंगर विच वी आण के नंगे चन्नी लंगर छकिया सी कहिंदा भी सतगुरु दे घर दे उत्ते आण करके इहो जिहियां गल्लां करदे ने कहिंदे फिर बड़ी मार पाई इन्हां नूं उत्थे धक्के दे के काढे दरबार अपने दरबार धक्के दे के कढ दिता कहिंदे कढो बाहर इन्हां नूं कहिंदे ने इहो जे सतगुरु महाराज दी निंदिया करदे मेरे कोल आण के बहुत दुखी सब सोज गवाई सारी समगरी गवा बैठे सो मुंशियां मसंदियां नूं दे दवा के मसा पहुंचे सी उत्थे ते बड़े भारी दुखी होए हन घर आवत लज्जा बहु पाई तो घर आउंदे बड़ी शर्म महसूस कीती है किहड़े मुंह नाल घर आउण हुण रुल मर गए जो आए फेर इस प्रकार सो रुल खुल करके मर गए हन जदों मुड़ के आए हन तां दुखी भए जम मारे घेर दुखी हो गए बड़ा जमा ने घेर के मारिया फिर इन्हां दे ताई इह वृतांत सबन सुन पायो ए प्रसंग सारिया ने सुनिया जदों दुष्टन को प्रभ दंड दिवायो इन्हां दुष्टां नूं परमेश्वर वाहिगुरु ने सजा दवाई है श्री गुरु रामदास प्रभ स्वामी स्वामी धन गुरु रामदास महाराज ने कृपा करके कृपा सिंध सब अंतरजामी अंतरजामी कृपा दे समुंदर सतगुरां ने ताहे समय गुर सेव मझारा उस वेले गुरु की सेवा विच सन गुरु रामदास महाराज तत्पर रहत होते दरबारा इस प्रकार बड़े त्यागपुर त्यार गुरु दरबार में रिहा कर दे गुरु रामदास जी गौड़ी राग वार के अंतर मेरे सतगुरु रामदास महाराज ने यह जो कुछ इन्हां दा हालात गुजरिया तो गौड़ी दी वार विच मेरे सतगुरु पातशाह ने बचन कीते इस पर थाए सलोक सुतंत्र तो मेरे सतगुरु पातशाह जी ने सो बेपरवाही दे नाल इन्हां दे प्रथाए जिहड़ा सलोक उचारण कीता है उचरित भए भलो चित लाए बड़ा भारी चित ला के उचारण कीता सतगुरां ने जो गुर की महिमा प्रगटाए जो सतगुरु दी महान महिमा नूं प्रगट करदा सलोक बाणी दा सुनो सिख चित कर सावधान सावधान हो करके गुरु सिखो सरवण करो श्री सतगुरु जो कीन बखान श्रोमणी सतगुरु रामदास महाराज ने जो इन्हां दा हालात बयान कीता है श्लोक उचारण करके सो वह बाणी में दर्ज है कवि जी कहिंदे हुण तुहानूं उह दसदे आ जो गुरु रामदास जी मौके दे उत्थे गवाह सन ते उन्होंने बचन किया है चशमदीद हन तो सतगुरु पातशाह महाराज बख्शिश करनगे अगले समय दे विच असीं अगले विचार प्रसंग दे इतिहास दी दड़ी में सरवण करांगे सतगुरु महाराज रहमत करन बख्शिश करन गुरु दा प्यार सत्कार साडे हिरदे वसे जिस दे धारनी हो करके लोक सुखी है परलोक सुहेले नानक हर प्रभु आपे मेले दी बरकत दे पात्र बणीए भुल्लां चुकां दी खिमा बख्शणी देहो सज्जन असीं सुणियां जो होवे साहिब सुमेल दी दात प्राप्त होवे उचरित भए सलो
भलो चित लाए जो गुर की महिमा प्रगटाए सुनहु सिख चित कर सावधान श्री सतगुरु जोकीन बखान। वाहिगुरु जी का खालसा वाहिगुरु जी की फतेह।